ਗੱਲ ਆਸਟ੍ਰੇਲੀਆ ਦੀ ਕਰਨ ਜਾ ਰਹੇ ਹਾਂ ਤਾਂ ਅਕਤੂਬਰ ਨਵੰਬਰ ਇਨਟੇਕ ਨੂੰ ਲੈ ਕੇ ਸਟੂਡੈਂਟਸ ਦੇ ਕਈ ਸਾਰੇ ਸਵਾਲ ਨੇ ਕਿ ਸਾਨੂੰ ਕੁਝ ਅਜਿਹੀਆਂ ਆਪਸ਼ਨ ਜ਼ਰੂਰ ਦੱਸਿਆ ਜਾਣ ਜਿੱਥੇ ਵੀਜ਼ਾ ਚਾਂਸਿਸ ਜ਼ਿਆਦਾ ਨਜ਼ਰ ਆਉਂਦੇ ਨੇ ਏਰੀਆ ਵਾਈਜ਼ ਵੀ ਆਪਾਂ ਗੱਲ ਜ਼ਰੂਰ ਕਰਾਂਗੇ ਹਾਲਾਂਕਿ ਆਪਸ਼ਨਸ ਹੀ ਅੱਜ ਜੋ ਗੱਲ ਕਰਾਂਗੇ ਤਸਮਾਨੀਆ ਨਿਊ ਕੈਸਲ ਪਰਥ ਦੀ ਵੀ ਗੱਲ ਕਰਾਂਗੇ ਬ੍ਰਿਸਬੇਨ ਦੀ ਵੀ ਗੱਲ ਕਰਾਂਗੇ ਮੈਲਬਨ ਦੇ ਕੁਝ ਹਿੱਸੇ ਦੀ ਵੀ ਗੱਲ ਕਰਾਂਗੇ ਕਿਉਂਕਿ ਇਹਨਾਂ ਏਰੀਆਸ ਨੂੰ ਲੈ ਕੇ ਵੀ ਸਵਾਲ ਸਟੂਡੈਂਟਸ ਦੇ ਸਾਡੇ ਕੋਲ ਬਹੁਤ ਸਾਰੇ ਨੇ ਸੋ ਕਿੰਨੀਆਂ ਕੁ ਆਪਸ਼ਨਸ ਨੇ ਜਿੱਥੇ ਚਾਂਸਿਸ ਵੀਜ਼ਾ ਦੇ ਬਹੁਤ ਜ਼ਿਆਦਾ ਬ੍ਰਾਈਟ ਨਜ਼ਰ ਆਉਂਦੇ ਨੇ ਆਪਾਂ ਸਪੈਸ਼ਲੀ ਅਕਤੂਬਰ ਨਵੰਬਰ ਇਨਟੇਕ ਦੀ ਗੱਲ ਕਰਨ ਜਾ ਰਹੇ ਹਾਂ ਬੜੇ ਗੌਰ ਨਾਲ ਸਟੂਡੈਂਟਸ ਅੱਜ ਦੀ ਵੀਡੀਓ ਦੇਖਣ ਜਿਨ੍ਹਾਂ ਨੇ ਹਲੇ ਅਪਲਾਈ ਕਰਨ ਬਾਰੇ ਸੋਚ ਰਹੇ ਨੇ ਜਾਂ ਹਲੇ ਉਹਨਾਂ ਨੂੰ ਸਹੀ ਆਪਸ਼ਨ ਦਾ ਪਤਾ ਨਹੀਂ ਚੱਲ ਸਕਿਆ ਅੱਜ ਦੀ ਵੀਡੀਓ ਉਹਨਾਂ ਸਾਰੇ ਸਟੂਡੈਂਟਸ ਲਈ ਬੜੀ ਖਾਸ ਰਹਿਣ ਵਾਲੀ ਹੈ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਤੇ ਆਸਟ੍ਰੇਲੀਆ ਨੂੰ ਲੈ ਕੇ ਅੱਜ ਖਾਸ ਪੁਆਇੰਟਸ ਖਾਸ ਆਪਸ਼ਨਸ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੇ ਨੇ ਕ੍ਰੀਏਟਿਵ ਫਿਊਚਰ ਕੰਸਲਟੈਂਟਸ ਤੋਂ ਵੀਜ਼ਾ ਐਕਸਪਰਟ ਗੁਰਪ੍ਰੀਤ ਕੌਰ ਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਗੁਰਪ੍ਰੀਤ ਜੀ ਅਕਤੂਬਰ ਨਵੰਬਰ ਇਨਟੇਕ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਸੋ ਕਿੰਨੀਆਂ ਕੁ ਆਪਸ਼ਨ ਨਜ਼ਰ ਆ ਰਹੀਆਂ ਤਾਂ ਜ਼ਰੂਰ ਏਰੀਆ ਵਾਈਜ਼ ਜਾਂ ਇੰਸਟੀਚਿਊਟ ਵਾਈਜ਼ ਤੁਸੀਂ ਯੂਨੀਵਰਸਿਟੀਜ਼ ਵਾਈਜ਼ ਸਟੂਡੈਂਟ ਨੂੰ ਗਾਈਡ ਕਰੋ ਕਿੱਥੇ ਵੀਜ਼ਾ ਚਾਂਸਿਸ ਜ਼ਿਆਦਾ ਨਜ਼ਰ ਆਉਂਦੇ ਨੇ ਸਟੂਡੈਂਟਸ ਦੇ ਇਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਨੇ ਹਰਜੋਤ ਜੀ ਸਟੂਡੈਂਟ ਦੋ ਤਰ੍ਹਾਂ ਦਾ ਸਾਡੇ ਕੋਲ ਹੁੰਦਾ ਹੈ ਕਿ ਇੱਕ ਤਾਂ ਸਟੂਡੈਂਟ ਆ 666 ਆਈਲੈਟ ਸਕੋਰ ਆ 70 ਪੀਟੀ ਸਕੋਰ ਹੈ 80-90% ਵਾਲਾ ਮੈਡੀਕਲ ਨੋਨ ਮੈਡੀਕਲ ਵਾਲਾ ਬੱਚਾ ਹੈ ਅਤੇ ਅਲੱਗ ਅਲੱਗ ਤਰ੍ਹਾਂ ਦਾ ਪ੍ਰੋਫਾਈਲਸ ਹੈ ਜਿਹੜਾ ਦੋ ਤਰ੍ਹਾਂ ਦਾ ਪ੍ਰੋਫਾਈਲ ਅਸੀਂ ਦੋ ਤਰ੍ਹਾਂ ਦੇ ਪ੍ਰੋਫਾਈਲ 'ਚ ਆਸਟ੍ਰੇਲੀਆ ਦੇ ਵਿੱਚ ਡਿਵਾਈਡ ਕਰਦੇ ਹਾਂ ਜਿਹੜਾ ਐਵਰੇਜ ਸਟੂਡੈਂਟ ਹੁੰਦਾ ਹੈ ਉਹਦੇ ਉੱਤੇ ਸਾਨੂੰ ਜ਼ਿਆਦਾ ਫੋਕਸ ਕਰਨਾ ਪੈਂਦਾ ਹੈ ਕਿ ਬੱਚੇ ਦਾ ਵੀਜ਼ਾ ਵੀ ਨਿਕਲ ਜੇ ਜੀ ਟੀ ਵੀ ਕਲੀਅਰ ਕਰ ਜੇ ਅਤੇ ਜੀ ਟੀ ਔਰ ਵੀਜ਼ਾ ਦੇ ਉੱਤੇ ਅਸੀਂ ਧਿਆਨ ਦੇ ਕੇ ਅਤੇ ਰੀਜਨਲ ਏਰੀਆ ਦੇ ਵਿੱਚ ਬੱਚੇ ਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਵੇਂ ਕਿ ਅਸੀਂ ਗੱਲ ਕਰੀਏ ਨਿਊ ਕਸਟਲ ਹੋ ਗਿਆ ਪਰਥ ਹੋ ਗਿਆ ਮੈਲਬਨ ਦਾ ਕੁਛ ਹਿੱਸਾ ਹੋ ਗਿਆ ਕੈਨਬੇਰਾ ਹੋ ਗਿਆ ਬਾਕੀ ਗੋਲਡ ਕੋਸਟ ਹੋ ਗਿਆ ਐਵੇਂ ਦੇ ਕਾਫੀ ਏਰੀਆਜ਼ ਹੈਗੇ ਨੇ ਐਡੀਲੇਟ ਹੋ ਗਿਆ ਜਿੱਥੇ ਬੱਚਾ ਅਪਲਾਈ ਕਰਕੇ ਵੀਜ਼ਾ ਵੀ ਕੱਢ ਲੈਂਦਾ ਔਰ ਜੀ ਟੀ ਵੀ ਕਲੀਅਰ ਕਰਨ ਦੇ ਵਿੱਚ ਉਹਨੂੰ ਮਦਦ ਮਿਲਦੀ ਆ ਔਰ ਖਾਸ ਕਰਕੇ ਜਿਹੜੇ ਆਰਟਸ ਵਾਲੇ ਸਟੂਡੈਂਟ ਹੁੰਦੇ ਨੇ ਜਿਨ੍ਹਾਂ ਨੇ ਸਬਜੈਕਟ ਦੇ ਵਿੱਚ ਕੁਛ ਜ਼ਿਆਦਾ ਜਿਹੜੇ ਅੱਛੇ ਸਬਜੈਕਟ ਨਹੀਂ ਲਏ ਹੁੰਦੇ ਅਤੇ ਉਹਨਾਂ ਨੂੰ ਵੀ ਅਸੀਂ ਇੱਥੇ ਹੀ ਜਿਹੜੇ ਆ ਬੱਚਿਆਂ ਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਏਰੀਆਜ਼ ਦੇ ਵਿੱਚ ਜਾ ਕੇ ਬੱਚੇ ਦਾ ਕੱਲ੍ਹ ਦੇ ਦਿਨ ਪੀ ਆਰ ਵੀ ਈਜ਼ੀ ਆ ਔਰ ਵੀਜ਼ਾ ਵੀ ਨਿਕਲ ਜਾਂਦਾ ਹੈ ਜੀ ਟੀ ਵੀ ਈਜ਼ੀਲੀ ਕਲੀਅਰ ਹੋ ਜਾਂਦੀ ਹੈ ਇਸ ਕਰਕੇ ਇਹਨਾਂ ਏਰੀਆਜ਼ ਦੇ ਉੱਤੇ ਸਾਨੂੰ ਰੀਜਨਲ ਏਰੀਆਜ਼ ਦੇ ਉੱਤੇ ਫੋਕਸ ਦੇਣਾ ਚਾਹੀਦਾ ਹੈ ਇਹਨਾਂ ਏਰੀਆਜ਼ ਦੇ ਉੱਤੇ ਅਪਲਾਈ ਕਰਨ ਦੇ ਵਿੱਚ ਇੰਟਰਸਟ ਦਿਖਾਉਣਾ ਚਾਹੀਦਾ ਹੈ ਜੇ ਤੁਸੀਂ ਕਹੋਗੇ ਕਿ ਮੈਂ ਐਵੇਂ ਦੇ ਏਰੀਆ 'ਚ ਅਪਲਾਈ ਕਰਾਂ ਜਿੱਥੇ ਅੱਛਾ ਸਟੂਡੈਂਟ ਅਪਲਾਈ ਕਰ ਰਿਹਾ 90-80% ਵਾਲਾ ਸਟੂਡੈਂਟ ਅਪਲਾਈ ਕਰ ਰਿਹਾ ਅਤੇ ਉਹ ਐਵੇਂ ਦੇ ਸਟੂਡੈਂਟਸ ਨੂੰ ਨਹੀਂ ਇੰਪੋਰਟੈਂਸ ਦਿੰਦੇ ਜੀ ਟੀ ਵੀ ਨਹੀਂ ਕਈ ਵਾਰ ਨਿਕਲਦੀ ਬੱਚੇ ਦੇ ਵੀਜ਼ਾ ਨਿਕਲਣਾ ਤਾਂ ਬੜੀ ਦੂਰ ਦੀ ਗੱਲ ਆ ਅਤੇ ਜੇ ਗਲਤੀ ਨਾਲ ਬੱਚੇ ਦਾ ਵੀਜ਼ਾ ਨਿਕਲ ਆਵੇ ਕਿਤੇ ਨਾ ਕਿਤੇ ਬੱਚੇ ਨੂੰ ਫਿਰ ਰੀਜਨਲ ਏਰੀਆ ਵੱਲ ਜਿਹੜਾ ਮੂਵ ਔਨ ਹੋਣਾ ਪੈਂਦਾ ਕੱਲ੍ਹ ਦੇ ਦਿਨ ਪੀ ਆਰ ਲੈਣ ਦੇ ਲਈ ਅਤੇ ਇਹਨਾਂ ਏਰੀਆਜ਼ ਦੇ ਵਿੱਚ ਕੰਮ ਦੇ ਲਈ ਵੀ ਬੱਚੇ ਨੂੰ ਥੋੜ੍ਹਾ ਈਜ਼ੀ ਰਹਿੰਦਾ ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੈ ਲਿਵਿੰਗ ਐਕਸਪੈਂਸ ਹੋ ਗਿਆ ਉਹ ਵੀ ਬੱਚੇ ਲਈ ਜਿਹੜੇ ਉਹ ਘੱਟ ਪੈਂਦੇ ਨੇ ਅਤੇ ਇਸ ਕਰਕੇ ਆਪ ਜਿਹੜੇ ਐਵਰੇਜ ਸਟੂਡੈਂਟ ਨੇ ਸਾਡੇ ਬਹੁਤ ਜ਼ਿਆਦਾ ਇੰਟੈਲੀਜੈਂਟ ਨਹੀਂ ਹੈ ਦੇਖੋ ਬਹੁਤ ਜ਼ਿਆਦਾ ਇੰਟੈਲੀਜੈਂਟ ਯੂਨੀਵਰਸਿਟੀ 'ਚ ਜਾਏਗਾ ਅੱਛਾ ਕੋਰਸ ਚੂਜ਼ ਕਰੇਗਾ ਅੱਛੀ ਜਗ੍ਹਾ 'ਤੇ ਅਪਲਾਈ ਕਰੂਗਾ ਜਿਹੜਾ ਮੋਸਟਲੀ ਸਟੂਡੈਂਟ ਆ ਸੈਟਲਮੈਂਟ ਦੇ ਮਾਇੰਡ ਨਾਲ ਜਾਂਦਾ ਬਹੁਤ ਜ਼ਿਆਦਾ ਸਟੱਡੀ ਦੇ ਉੱਤੇ ਫੋਕਸ ਨਹੀਂ ਹੁੰਦਾ ਅਤੇ ਉਹਨਾਂ ਨੂੰ ਅਸੀਂ ਇੱਥੇ ਹੀ ਗਾਈਡ ਕਰਦੇ ਹਾਂ ਕਿ ਇਹਨਾਂ ਏਰੀਆਜ਼ ਦੇ ਵਿੱਚ ਅਪਲਾਈ ਕਰ ਲਓ ਕੱਲ੍ਹ ਦੇ ਦਿਨ ਤੁਹਾਡਾ ਇਹਦੇ ਵਿੱਚ ਜਿਹੜਾ ਕੈਰੀਅਰ ਆ ਉਹ ਵੀ ਸੈਟਲ ਹੋ ਜੂਗਾ ਅਤੇ ਤੁਹਾਡੇ ਜਿਹੜੇ ਮਾਇੰਡ ਦੇ ਵਿੱਚ ਹੈਗਾ ਕਿ ਸਾਡਾ ਵੀਜ਼ਾ ਨਿਕਲ ਜਾਏ ਜੀ ਟੀ 'ਚ ਨਾ ਅਸੀਂ ਅੜਜੀਏ ਉਹ ਵੀ ਤੁਹਾਡੇ ਲਈ ਈਜ਼ੀ ਰਹੂਗਾ ਜੀ ਬਿਲਕੁਲ ਸਰ ਤੁਸੀਂ ਜੀ ਟੀ ਦੀ ਗੱਲ ਕੀਤੀ ਹੈ ਗੁਰਪ੍ਰੀਤ ਜੀ ਜੀ ਟੀ ਨੂੰ ਲੈ ਕੇ ਤਾਂ ਸਟੂਡੈਂਟਸ ਅਕਸਰ ਹੀ ਸਵਾਲ ਰਹਿੰਦੇ ਨੇ ਕਈਆਂ ਨੂੰ ਬਹੁਤ ਟਾਈਮ ਹੋ ਗਿਆ ਅਪਲਾਈ ਕੀਤਿਆਂ ਨੂੰ ਪ੍ਰੋਸੈਸ ਚੱਲਦਿਆਂ ਨੂੰ ਪਰ ਜੀ ਟੀ ਕਰਕੇ ਅੜੇ ਹੋਏ ਨੇ ਸਟੂਡੈਂਟ ਆਖਿਰ ਕਿਹੜੀਆਂ ਅਜਿਹੀਆਂ ਪ੍ਰੋਫਾਈਲਸ ਹੁੰਦੀਆਂ ਨੇ ਜਿੱਥੇ ਇਹ ਡਿਲੇ ਜ਼ਿਆਦਾ ਦੇਖਣਾ ਪੈਂਦਾ ਹਰਜੋਤ ਜੀ ਜਦੋਂ ਬੱਚਾ ਅਪਲਾਈ ਕਰਦਾ ਸਭ ਤੋਂ ਪਹਿਲਾਂ ਆਪਣੇ ਕੋਰਸ ਸਿਲੈਕਸ਼ਨ ਪ੍ਰੋਪਰ ਤਰੀਕੇ ਨਾਲ ਕਰਨੀ ਚਾਹੀਦੀ ਆ ਦੂਸਰੀ ਗੱਲ ਆ ਗੈਪ ਨੂੰ ਲੈ ਕੇ ਆਸਟ੍ਰੇਲੀਆ ਬਹੁਤ ਸੀਰੀਅਸ ਹੈ ਗੈਪ ਜਸਟੀਫਿਕੇਸ਼ਨ ਤੁਹਾਨੂੰ ਦੇਣੀ ਪਊਗੀ ਆਪਣੀ ਅਗਲੀ ਜੇ ਮੈਂ ਗੱਲ ਕਰਾਂ ਤਾਂ ਫੰਡ ਦੀ ਗੱਲ ਆ ਜਾਂਦੀ ਹੈ ਜਦੋਂ ਫੰਡ ਬੱਚਾ ਦਿੰਦਾ ਹੈ ਕਈ ਵਾਰ ਬੱਚੇ ਦੇ ਫੰਡ ਆਪਣੇ ਨਹੀਂ ਹੁੰਦੇ ਉਹਦੇ ਵਿੱਚ ਜਾਂ ਤਾਂ ਉਹ ਫਾਈਨਾਂਸਰ ਹਾਇਰ ਕਰਦਾ ਹੈ ਜਾਂ ਉਹ ਕਿਸੇ ਰਿਸ਼ਤੇਦਾਰ ਤੋਂ ਪੈਸਾ ਫੜਦਾ ਹੈ ਅਤੇ ਉਹਦੇ 'ਚ ਕੀ ਹੁੰਦਾ ਹੈ ਕਿ ਆਈ ਟੀ ਆਰ 'ਚ ਜਸਟੀਫਿਕੇਸ਼ਨ ਨਹੀਂ ਹੁੰਦੀ ਬੱਚੇ ਦੀ ਜਿਹੜੀਆਂ ਆਈ ਟੀ ਆਰ ਹੁੰਦੀਆਂ ਨੇ ਉਹਦੇ ਵਿੱਚ ਉਹਨੂੰ ਉਹ ਪੈਸਾ ਕਿਤੇ ਵੀ ਬਿਜ਼ਨਸ 'ਚੋਂ ਆਇਆ ਹੋਇਆ ਨਹੀਂ ਦਿਖ ਰਿਹਾ ਜੇ ਤਾਂ ਰਿਸ਼ਤੇਦਾਰ ਤੋਂ ਫੜਿਆ ਐਸੇ ਗਿਫਟ ਉਸ ਚੀਜ਼ ਨੂੰ ਬੱਚਾ ਦਿਖਾ ਸਕਦਾ ਹੈ ਜੇ ਬੱਚਾ ਕਈ ਵਾਰ ਕੀ ਕਰਦਾ ਫਾਈਨਾਂਸਰ ਤੋਂ ਪੈਸਾ ਜਿਹੜਾ ਉਹ ਆਪਣੇ ਅਕਾਊਂਟ ਦੇ ਵਿੱਚ ਜਾਂ ਅਕਾਊਂਟ ਖੋਲ੍ਹ ਕੇ ਜੋ ਵੀ ਮਾਰਕੀਟ 'ਚ ਚੱਲ ਰਿਹਾ ਉਹ ਮੈਨੂੰ ਇੰਨਾ ਆਈਡੀਆ ਨਹੀਂ ਹੈ ਬਟ ਉਹਦੇ ਵਿੱਚ ਬੱਚੇ ਨੂੰ ਆਪਣੀ ਨਾਲ ਦੀ ਨਾਲ ਪੈਰਲਰ ਆਈ ਟੀ ਆਰ ਲੈਣੀ ਚਾਹੀਦੀ ਹੈ ਕਿ ਇਹ ਮੈਂ ਅਕਾਊਂਟ ਦੇ ਵਿੱਚ ਤਾਂ ਇੰਨਾ ਪੈਸਾ ਦਿਖਾ ਰਿਹਾ ਇਹ ਪੈਸਾ ਅੱਜ ਹੀ ਅਕਾਊਂਟ ਓਪਨ ਹੋਇਆ ਇਹਦੇ ਵਿੱਚ ਪੈਸਾ ਆਇਆ ਪਰ ਇਸ ਪੈਸੇ ਦੀ ਜਸਟੀਫਿਕੇਸ਼ਨ ਜ਼ਰੂਰ ਆ ਪੁਰਾਣੇ ਫੰਡ ਨਹੀਂ ਮੰਗ ਰਿਹਾ ਆਸਟ੍ਰੇਲੀਆ ਪਰ ਜਸਟ
जस्टिफिकेशन हर कंट्री मांगता है, इस करके जस्टिफिकेशन तुहाडे कोल होनी बहुत इंपोर्टेंट आ। और डाकखाने तो जिहड़े पोस्ट ऑफिस दे फंड दिंदा बच्चा एफ डी दिंदा वो ऑनलाइन होना बहुत इंपोर्टेंट आ। और जिहड़े बच्चे 2022 पास आउट आ अक्टूबर नवंबर उन्हां दे लई लास्ट ऑप्शन है, इस टाइम अप्लाई कर लैन, ये लास्ट कॉल है, टाइम बिल्कुल नहीं बचा। जे फीस तुहाडी रेडी आ, फंड रेडी आ, तां ही अक्टूबर नवंबर इनटेक लई साडे कोल आयो, अदरवाइज़ क्योंकि 20-25 दिन ही रह गए साडे कोल इस इनटेक दे लई अप्लाई सॉरी वीज़ा लैन दे लई। टोटल प्रोसैस की जे मैं गल करा विच अंबैसी का भी पा के तो उहदे लई बहुत जिहड़ा फास्ट प्रोसैस ते असीं काम करके ही कर सकते हैं, अदरवाइज़ जे 10 दिन बाद तुसीं साडे कोल आओगे तो मे बी साडे वल्लों ना होगी। जी बिल्कुल सर गुरप्रीत जी, इतने 22 पासवर्ड स्टूडेंट लिए भी जरूर क्लीयर करो, उन्होंने कोई होप नज़र आती है कि उन्होंने इतने अपना टाइम इनवैसट करना चाहिए अक्टूबर नवंबर इनटेक के लिए हले इस समय के अप्लाई करती या फिर उन्होंने किसी होर ऑप्शन वाल अगे बढ़ना चाहिए। देखो हरजोत जी, अक्टूबर इनटेक जिहड़े कॉलेजेस दे विच उत्थे तां मैं मना ही करूँगी 2022 वाले बच्चों, नवंबर इनटेक फिर भी थोड़ा बहुत समय हैगा तुसीं अप्लाई कर सकते हो, नवंबर इनटेक 2022 पास आउट बच्चे कर लैन, नहीं तो उस तो बाद ऑप्शन तुहानूं पता ही है तुहाडे कोल जिहड़ी स्टडी बेस ते जाण दी ऑप्शन ओह खत्म हो जूगी। कल्चर प्रोग्राम नाल असीं एक्सप्लोर जरूर कर रहे हैं बट उहदे विच सानूं असैसमेंट कॉलेज दी असैसमेंट बहुत लेंथी प्रोसैस आ, उहदे विच काफ़ी हार्ड वर्क दी साडी भी जिहड़ी जरूरत हुंदी आ, बच्चे दा साडे नाल डबल हार्ड वर्क हुंदा है क्योंकि इत्थों पहला बच्चा टूरिस्ट ते जा रहा फिर उत्थे जाके स्टडी परमिट कन्वर्ट कराना है ते काफ़ी जदोजहद लगदी उहदे विच, बट जिहड़ा स्टडी परमिट दे बच्चा इत्थों जा रहा स्टडी वीज़ा ते उहदे लई बहुत ईजी आ। कल्चर प्रोग्राम इन्ना ईजी प्रोग्राम नहीं है कि आप अप्लाई करके वीज़ा तो लै लेंगे पर उत्थे भी कल दे दिन कन्वर्जन भी चाहिए है सानू स्टडी परमिट के लिए, सारिया चीज़ा सानू ध्यान दे विच रखनिया पैनगियां, पर 2022 पासपोर्ट बच्चों के लिए नवंबर इनटेक की लास्ट ऑप्शन है जी, वह लै लेनी चाहिए है, वेट नहीं करना। जी बिल्कुल, मैं उम्मीद करती हाँ कि जोड़े स्टूडेंट्स इन्होंने वीडियो के नाल बने वीडियो में ज़्यादा तो ज़्यादा अपने फ्रेंड्स या ब्रदर सिस्टर कज़न किसी भी जो भी आस्ट्रेलिया जाने बारे सोच रहा है हले तक अप्लाई नहीं किया उन्होंने तुम ये वीडियो जरूर सेंड करो ताकि वह भी चीज़ों सुन के वेख के समझ टाइमली सही प्रोसैस के नाल अगे वध के अपना वीज़ा हासिल कर सकन। गुरप्रीत जी थोड़ा बहुत बहुत थैंक्स, तुम्हें चंगी ऑप्शन भी दसिया स्टूडेंट्स को गाइड भी किया जो कि तुम हमेशा ही चंगे ढंग स्टूडेंट्स को गाइड कर दौ कि स्टूडेंट की कि प्रोफाइल वाले स्टूडेंट को किमें अगे वधना चाहिए। आई होप कई डाउट्स जो है क्लीयर हो चुके हैं स्टूडेंट्स ने, फिर भी कोई सवाल है नंबर डिस्प्ले है जिस पर कॉल जरूर करके वो डाउट टाइमली तुसी अपना क्लीयर कर लो एलिजिबल हो के नहीं कितने अप्लाई करो क्योंकि हरेक प्रोफाइल डिफरेंट होंगी है, इसलिए हरेक प्रोफाइल लिए डिसीजन जो है उसकी पूरी प्रोफाइल जानने तो बाद या डॉक्यूमेंट्स की असैसमेंट तो बाद ही तुहानू सही ऑप्शन गाइड की जा सकदियां ने। बाकी कमेंट सैक्शन में भी तुसी अपने सवाल साढ़े नाल जरूर सांझे कर सकते हो, अगों भी असीं तुहाडे लई होर इनफॉर्मेटिव वीडियोज़ लैके आते रहेंगे, फिलहाल ही दिओ जी इजाजत। थैंक यू सो मच। थैंक यू हरजोत जी।